ਜਿਹਦਾ ਮੇਰਾ ਨਾਮ ਰਿਸ਼ੀਵੰਤ ਸਿੰਘ ਹੈ ਅਤੇ ਮੈਂ ਮਲੇਸ਼ੀਆ ਤੋਂ ਆਇਆ ਅਤੇ ਆਪਾਂ ਸਾਨੂੰ ਯੂਨਾਈਟਿਡ ਸਿੱਖਸ ਨੇ ਇੱਥੇ ਭੇਜਿਆ ਇਟਲੀ ਵਿੱਚ ਕਿਉਂਕਿ ਇੱਥੇ ਇੱਕ ਬਹੁਤ ਵੱਡਾ ਭੂਚਾਲ ਹੋਇਆ ਬਹੁਤ ਵੱਡਾ ਹੋਇਆ ਪਰ ਉਸ ਜਗ੍ਹਾ 'ਤੇ ਹੋਇਆ ਜਿੱਥੇ ਇੱਕ ਜਿਹਨੂੰ ਕਹਿੰਦੇ ਆ ਬਹੁਤ ਲੋਕਲਾਈਜ਼ ਜਗ੍ਹਾ ਆ ਇੱਕ ਪਿੰਡ ਵਿੱਚ ਹੋਇਆ ਅਮਰ ਤਰੀਚੇ ਵਿੱਚ ਉੱਥੇ ਆਪਾਂ ਦੋ ਵਾਰੀ ਜਾ ਆਏ ਹਾਂ ਅਤੇ ਉੱਥੇ ਪਹਿਲੀ ਵਾਰੀ ਜਦੋਂ ਆਪਾਂ ਗਏ ਸਾਨੂੰ ਪਤਾ ਵੀ ਨਹੀਂ ਸੀ ਕਿ ਇਟਾਲੀਅਨ ਪ੍ਰੈਜ਼ੀਡੈਂਟ ਮਾਤਾ ਰਹੇ ਸੀ ਅਤੇ ਕੀ ਉਹਨਾਂ ਪ੍ਰਾਈਮ ਮਿਨਿਸਟਰ ਸਾਰੇ ਉੱਥੇ ਸੀ ਕਿਉਂਕਿ ਮੈਂ ਉਹਨਾਂ ਨੂੰ ਪਛਾਣਿਆ ਨਹੀਂ ਅਤੇ ਸਾਰੇ ਫਿਊਨਰਲ 'ਤੇ ਹੈਗੇ ਸੀ ਪਰ ਸ਼ੁਕਰ ਹੈ ਸਾਡੇ ਸਿੰਘ ਜਿਹੜੇ ਗਏ ਸੀ ਟਰਨੀ ਗੁਰਦੁਆਰੇ ਤੋਂ ਦਸਤਾਰਾਂ ਦਿਸੀਆਂ ਸੀ ਅਤੇ ਉੱਥੋਂ ਟਰਨੀ ਤੋਂ ਫਿਰ ਉਹਨਾਂ ਨੇ ਬਹੁਤ ਸੇਵਾ ਕਰਕੇ ਸਾਨੂੰ ਫਾਬਰੀਆਨੋ ਭੇਜਿਆ ਫਾਬਰੀਆਨੋ ਤੋਂ ਬਰੇਸ਼ੀਆ ਉਬਰੇਸ਼ੀਆ ਤੋਂ ਆਪਾਂ ਇੱਥੇ ਪਹੁੰਚ ਗਏ ਹਾਂ ਵਿਸੇਂਜ਼ਾ ਵਿੱਚ ਅਤੇ ਜਿੱਥੇ ਵੀ ਆਪਾਂ ਜਾ ਰਹੇ ਹਾਂ ਸਿੱਖਾਂ ਨੇ ਸਾਡੀ ਬਹੁਤ ਸੇਵਾ ਕੀਤੀ ਹੈ ਆਪਾਂ ਆ ਰਹੇ ਹਾਂ ਇੱਕੋ ਹੀ ਮਕਸਦ ਵਾਸਤੇ ਕਿ ਹੁਣ ਉਹ ਟਾਈਮ ਆ ਗਿਆ ਕਿ ਸਿੱਖਾਂ ਨੂੰ ਅੱਗੇ ਹੋਣਾ ਪੈਣਾ ਚਾਹੀਦਾ ਹੈ ਕਿ ਉਹ ਦਸਤਾਰਾਂ ਅੱਗੇ ਦਿਸਣਾ ਚਾਹੀਦੀਆਂ ਜਿੱਥੇ ਵੀ ਕੋਈ ਡਿਜ਼ਾਸਟਰ ਹੁੰਦਾ ਸਾਰੀ ਦੁਨੀਆ ਵਿੱਚ ਭੱਜ ਭੱਜ ਕੇ ਆਪਾਂ ਉਸ ਡਿਜ਼ਾਸਟਰ ਵਿੱਚ ਜਾਣਾ ਚਾਹੀਦਾ ਆ ਜਦੋਂ ਲੋਕ ਬਾਹਰ ਭੱਜਦੇ ਆ ਦਸਤਾਰਾਂ ਅੰਦਰ ਭੱਜਦੀਆਂ ਆ ਲੋਕਾਂ ਨੂੰ ਬਚਾਉਣ ਵਾਸਤੇ ਅਤੇ ਇਟਲੀ ਨੰਬਰ 2 ਸਟਰੋਂਗ ਪਾਪੂਲੇਸ਼ਨ ਹੈ ਸਾਰੀ ਯੂਰਪ ਵਿੱਚ ਅਤੇ ਸਾਰੀ ਦੁਨੀਆ ਦੇਖ ਰਹੀ ਹੈ ਕਿ ਸਾਰੇ ਕੈਮਰੇ ਉੱਥੇ ਆ ਹਾਜ਼ਰ ਨਾਜ਼ਰ ਹੈ ਅਹਿਮਦ ਤਰੀਚੇ ਵਿੱਚ ਪਰ ਉੱਥੇ ਸਾਡੀ ਦਸਤਾਰਾਂ ਨਹੀਂ ਦਿਸ ਰਹੀਆਂ ਸੋ ਯੂਨਾਈਟਿਡ ਸਿੱਖਸ ਦੇ ਵੱਲੋਂ ਕੌਮ ਦੇ ਵੱਲੋਂ ਮੈਨੂੰ ਇੱਥੇ ਭੇਜਿਆ ਗਿਆ ਕਿ ਸਾਰੇ ਸਿੱਖਾਂ ਨੂੰ ਕਹਿਣ ਵਾਸਤੇ ਕਿ ਪਲੀਜ਼ ਆਪਾਂ ਕੁਛ ਕਰੀਏ ਆਪਾਂ ਇਕੱਠੇ ਹੋਈਏ ਇਹ 2 ਹਫ਼ਤੇ ਹੀ ਆ ਇਹ 2 ਹਫ਼ਤਿਆਂ ਵਿੱਚ ਜੇ ਆਪਾਂ ਕੁਛ ਇਕੱਠੇ ਹੋ ਸਕਦੇ ਇੰਨੇ ਗੁਰਦੁਆਰੇ ਨੇ ਇੱਥੇ ਤੁਹਾਡੀ ਇੰਨੀ ਸਟਰੈਂਥ ਹੈਗੀ ਆ ਤੁਹਾਡੀ ਇੰਨੀ ਸ਼ਕਤੀ ਹੈਗੀ ਆ ਆਪਾਂ ਇਕੱਠੇ ਹੋ ਕੇ ਕੁਛ ਉਸ ਤਰ੍ਹਾਂ ਦਾ ਪ੍ਰੋਜੈਕਟ ਕਰੀਏ ਜਿਹਦੇ ਨਾਲ ਸਾਡੀ ਵਿਜੀਬਿਲਿਟੀ ਹੋਏ ਸਾਡੀ ਦਸਤਾਰਾਂ ਦਿੱਤੇ ਅਤੇ ਆਪਾਂ ਸੇਵਾ ਦੇ ਤੌਰ 'ਤੇ ਉੱਥੇ ਦਿੱਤੀਏ ਕਿ ਆਪਾਂ ਕੁਛ ਕਰ ਰਹੇ ਹਾਂ ਬਸ ਇਹੀ ਮੇਰੀ ਡਿਊਟੀ ਹੈ ਮੈਨੂੰ ਲਾਇਆ ਗਿਆ ਮੈਂ ਤੁਹਾਡੇ ਅੱਗੇ ਆ ਕੇ ਹੱਥ ਜੋੜ ਕੇ ਇਹੀ ਬੇਨਤੀ ਕਰਾਂ ਤੁਸੀਂ ਪ੍ਰਬੰਧਕ ਹੋ ਤੁਸੀਂ ਸਾਡੇ ਲੀਡਰ ਹੋ ਪਲੀਜ਼ ਵਿਜੀ ਕੁਛ ਕਰੋ ਸਾਰਿਆਂ ਨੂੰ ਇਕੱਠੇ ਕਰੋ ਇਟਾਲੀਅਨ ਸਿੱਖ ਨੂੰ ਆਪਾਂ ਕੁਛ ਕਰੀਏ ਇਹੀ ਹੈ ਮੇਰੀ ਬੇਨਤੀ ਠੀਕ ਹੈ ਜੀ ਭਾਈ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਇਟਲੀ ਦੀਆਂ ਸੰਗਤਾਂ 'ਤੇ ਪਹਿਲਾਂ ਹੀ ਤਤਪਰ ਨੇ ਹਰ ਜਗ੍ਹਾ 'ਤੇ ਸੇਵਾ ਕਰਦੀਆਂ ਨੇ ਸੋ ਵੀਰ ਜੀ ਉਹਨਾਂ ਨੂੰ ਜਿਆਂ ਕਹਿੰਦੇ ਹਾਂ ਔਰ ਇੰਨਾ ਵਾਅਦਾ ਕਰਦੇ ਹਾਂ ਕਿ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੇ ਨਾਲ ਖੜਾਂਗੇ ਅਤੇ ਬਾਕੀ ਵੀ ਜਿੱਥੇ ਵੀ ਕਿਤੇ ਲੋੜ ਪੈਂਦੀ ਹੈ ਸਾਨੂੰ ਦੱਸਣ ਸੋ ਬਾਕੀ ਸਮੁੱਚੀਆਂ ਸੰਗਤਾਂ ਦਾ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕਰਕੇ ਅਸੀਂ ਨਾਲ ਜੋੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ